ਸ਼ਕਾਲ ਜੀ ਅੱਜ ਸਾਰੇ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਘਰ ਦੇ ਵਿੱਚ ਕਾਜੂ ਕਟਲੀ ਕਾਜੂ ਦੀ ਬਰਫੀ ਕਿਸ ਤਰ੍ਹਾਂ ਬਣਾਈ ਜਾਂਦੀ ਹੈ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਕਾਜੂ ਲਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਕਾਜੂ ਲੈ ਸਕਦੇ ਹੋ ਜਿੰਨੀ ਕੁਆਂਟਿਟੀ ਦੇ ਵਿੱਚ ਤੁਹਾਨੂੰ ਚਾਹੀਦੀ ਹੈ ਮੈਂ ਇੱਕ ਕੌਲੀ ਕਾਜੂਆਂ ਦੀ ਲਈ ਹੈ ਸਭ ਤੋਂ ਪਹਿਲਾਂ ਆਪਾਂ ਕਾਜੂਆਂ ਨੂੰ ਚੰਗੀ ਤਰ੍ਹਾਂ ਛਾਣ ਲਵਾਂਗੇ ਹੁਣ ਇਹਦੇ ਵਿੱਚ ਕੀ ਆ ਕਿ ਇੱਕ ਤੇ ਮੈਂ ਸਪਲਿਟਡ ਕਾਜੂ ਲਏ ਨੇ ਜਿਹੜੇ ਅੱਧੇ ਅੱਧੇ ਪਾਰਟ ਦੇ ਵਿੱਚ ਹੁੰਦੇ ਨੇ ਜਿਹੜੇ ਹਲਵਾਈ ਨੇ ਉਹ ਵੀ ਇਹੀ ਯੂਜ਼ ਕਰਦੇ ਨੇ ਤੁਸੀਂ ਜਿਹੜੇ ਪੂਰੇ ਨੇ ਉਹ ਵੀ ਤੁਸੀਂ ਇਹਦੇ ਲਈ ਯੂਜ਼ ਕਰ ਸਕਦੇ ਹੋ ਪਰ ਜਿਹੜੇ ਸਪਲਿਟਡ ਨੇ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਛਾਣ ਹੋ ਜਾਂਦੇ ਨੇ ਇਹਨਾਂ ਦੇ ਵਿੱਚੋਂ ਜਿਹੜੇ ਕਾਜੂਆਂ ਦੇ ਉੱਤੇ ਥੋੜੀ ਸਕਿਨ ਹੁੰਦੀ ਹੈ ਇਹ ਕਾਜੂ ਤੁਸੀਂ ਕੱਢ ਦੇਣੇ ਨੇ ਇਹ ਆਪਾਂ ਇਸ ਰੈਸਪੀ ਦੇ ਵਿੱਚ ਬਿਲਕੁਲ ਨਹੀਂ ਯੂਜ਼ ਕਰਨੇ ਇਹਦੇ ਨਾਲ ਕਾਜੂ ਕਟਲੀ ਹੈ ਜਿਹੜੀ ਉਹ ਵਧੀਆ ਵੀ ਬਣਦੀ ਹੈਗੀ ਗੀ ਸਭ ਤੋਂ ਪਹਿਲਾਂ ਅਸੀਂ ਚੰਗੀ ਤਰ੍ਹਾਂ ਕਾਜੂ ਜਿਹੜੇ ਨੇ ਸਾਫ਼ ਸਾਫ਼ ਅਲੱਗ ਕਰ ਲਾਂਗੇ ਤੇ ਦੂਸਰੇ ਵਾਲੇ ਅਲੱਗ ਕਰ ਲਾਂਗੇ ਤੁਸੀਂ ਵੇਖ ਸਕਦੇ ਹੋ ਜਿਹੜੀਆਂ ਸਕਿਨ ਵਾਲੇ ਇਦਾਂ ਦੇ ਕਾਜੂ ਆ ਜਿਨ੍ਹਾਂ ਦੇ ਉੱਤੇ ਸਕਿਨ ਰਹਿ ਚੁੱਕੀ ਹੈ ਉਹ ਤੁਸੀਂ ਕੱਢ ਦੇਣੇ ਨੇ ਹੁਣ ਆਪਾਂ ਇਹਨਾਂ ਕਾਜੂਆਂ ਦਾ ਇਹ ਜਿਹੜੇ ਮੈਂ ਕਾਜੂ ਚੰਗੀ ਤਰ੍ਹਾਂ ਵੇਖ ਲਏ ਨੇ ਅਲੱਗ ਕਰ ਲਏ ਨੇ ਜਿਨ੍ਹਾਂ ਦੇ ਉੱਤੇ ਸਕਿਨ ਸੀਗੀ ਸੋ ਇਹ ਸਾਡੇ ਉਹ ਕਾਜੂ ਨੇ ਜਿਹੜੇ ਆਪਾਂ ਕਾਜੂ ਕਟਲੀ ਲਈ ਯੂਜ਼ ਕਰਾਂਗੇ ਹੁਣ ਆਪਾਂ ਇਹਨਾਂ ਨੂੰ ਗ੍ਰਾਈਂਡਰ ਦੇ ਵਿੱਚ ਗ੍ਰਾਈਂਡ ਕਰ ਲਾਂਗੇ ਇਹਨਾਂ ਦਾ ਪਾਊਡਰ ਬਣਾ ਲਾਂਗੇ ਇਹਨਾਂ ਦਾ ਪਾਊਡਰ ਬਣਾਉਣ ਦੇ ਲਈ ਤੁਸੀਂ ਹਮੇਸ਼ਾ ਇਸ ਜਾਰ ਦੀ ਵਰਤੋਂ ਕਰਨੀ ਹੈ ਜਿਹੜਾ ਆਪਾਂ ਜਿਹਦੇ ਚ ਆਪਾਂ ਮਸਾਲੇ ਪੀਸਦੇ ਹਾਂ ਕਾਜੂਆਂ ਨੂੰ ਪੀਸਦੇ ਹੋਏ ਤੁਸੀਂ ਕਾਜੂਆਂ ਨੂੰ ਪੀਸਦੇ ਵਕਤ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਆਪਾਂ ਥੋੜੇ ਥੋੜੇ ਕਾਜੂ ਲੈ ਕੇ ਪੀਸਣੇ ਨੇ ਤਾਂ ਕਿ ਜਿਹੜੇ ਕਾਜੂਆਂ ਦਾ ਜਿਹੜਾ ਪਾਊਡਰ ਆ ਉਹ ਸੁੱਕਾ ਸੁੱਕਾ ਰਹੇ ਕਿਉਂਕਿ ਜਦੋਂ ਆਪਾਂ ਜ਼ਿਆਦਾ ਲੈ ਕੇ ਪੀਸਾਂਗੇ ਤਾਂ ਇਹ ਜਿਹੜਾ ਆਪਣਾ ਆਇਲ ਹੁੰਦਾ ਆ ਉਹ ਛੱਡ ਦੇਣਗੇ ਤੇ ਉਹ ਫਿਰ ਆਪਾਂ ਉਹਦੇ ਇਸ ਰੈਸਪੀ ਦੇ ਵਿੱਚ ਯੂਜ਼ ਨਹੀਂ ਕਰ ਸਕਦੇ ਤਾਂ ਆਪਣਾ ਪਾਊਡਰ ਜਿਹੜਾ ਆ ਉਹ ਡਰਾਈ ਰਹਿਣਾ ਚਾਹੀਦਾ ਇਸ ਲਈ ਆਪਾਂ ਥੋੜੇ ਥੋੜੇ ਕਾਜੂ ਇਹਦੇ ਵਿੱਚ ਪੀਸਾਂਗੇ ਇਸ ਤਰ੍ਹਾਂ ਆਪਾਂ ਜਿਹੜਾ ਥੋੜੇ ਥੋੜੇ ਕਾਜੂ ਪਾ ਕੇ ਪੀਸਣੇ ਨੇ ਤਾਂ ਜੋ ਇਹਦੇ ਵਿੱਚ ਜਿਹੜਾ ਇਹ ਆਇਲ ਨਾ ਛੱਡੇ ਤੇ ਹੁਣ ਆਪਾਂ ਕੀ ਜਿੱਥੇ ਇਹ ਆਪਣਾ ਮਿਕਸਚਰ ਕੱਢਣਾ ਆ ਉਸ ਭਾਂਡੇ ਦੇ ਉੱਤੇ ਆਪਾਂ ਛਾਨਣੀ ਰੱਖ ਲਾਂਗੇ ਕਿਉਂਕਿ ਇਹ ਪੇਸਟ ਆਪਾਂ ਇਹ ਜਿਹੜਾ ਮਿਕਸਚਰ ਆ ਪਾਊਡਰ ਆ ਇਹਨੂੰ ਸੀਵ ਕਰਨਾ ਪੈਂਦਾ ਆ ਜਿਹੜਾ ਤੁਹਾਡਾ ਮਿਕਸਚਰ ਆ ਜਿਹੜਾ ਤੁਹਾਡੇ ਕਾਜੂ ਬਚਣਗੇ ਇਹ ਤੁਸੀਂ ਤੁਰੰਤ ਜਾਰ ਦੇ ਵਿੱਚ ਨਹੀਂ ਪਾਉਣੇ ਕਿਉਂਕਿ ਇਹ ਫਿਰ ਆਇਲ ਰਿਲੀਜ਼ ਕਰਨਗੇ ਇਹਨਾਂ ਨੂੰ ਤੁਸੀਂ ਇੱਕ ਸਾਈਡ ਤੇ ਇੱਕ ਕੌਲੀ ਦੇ ਵਿੱਚ ਕੱਢੀ ਜਾਣਾ ਹੈ ਇਹਨਾਂ ਨੂੰ ਆਪਾਂ ਐਂਡ ਦੇ ਵਿੱਚ ਪੀਸਾਂਗੇ ਇਸੇ ਤਰ੍ਹਾਂ ਹੁਣ ਆਪਾਂ ਆਪਣੇ ਬਾਕੀ ਦੇ ਕਾਜੂਆਂ ਦਾ ਵੀ ਜਿਹੜਾ ਆ ਪਾਊਡਰ ਤਿਆਰ ਕਰਾਂਗੇ ਥੋੜੇ ਥੋੜੇ ਕਾਜੂ ਤੁਸੀਂ ਪਾਉਂਦੇ ਰਹਿਣਾ ਆ ਤੇ ਪੀਸਦੇ ਰਹਿਣਾ ਆ ਕਾਜੂਆਂ ਦਾ ਜਿਹੜਾ ਪਾਊਡਰ ਹੈ ਉਹ ਤਿਆਰ ਹੋ ਚੁੱਕਿਆ ਹੈ ਹੁਣ ਜਿਹੜਾ ਦੂਸਰਾ ਸਟੈਪ ਹੈ ਉਹ ਆਪਾਂ ਇਹਦੀ ਚਾਸ਼ਨੀ ਤਿਆਰ ਕਰਾਂਗੇ ਚਾਸ਼ਨੀ ਦੇ ਲਈ ਆਪਾਂ ਇੱਕ ਪੈਨ ਨੂੰ ਗੈਸ ਤੇ ਧਰਾਂਗੇ ਜਿੰਨੇ ਆਪਾਂ ਕਾਜੂ ਲਏ ਸੀਗੇ ਉਸੇ ਬਾਊਲ ਜਾਂ ਉਸੇ ਕੌਲੀ ਦੇ ਵਿੱਚ ਉਹਦਾ 80% ਮਤਲਬ ਆਪਾਂ ਇਹ ਭਰੀ ਹੋਈ ਕੌਲੀ ਕਾਜੂਆਂ ਦੀ ਲਈ ਸੀ ਆਪਾਂ ਇੰਨਾ ਕੁ ਸ਼ੂਗਰ ਲਵਾਂਗੇ ਇੰਨੀ ਕੁਆਂਟਿਟੀ ਦੇ ਵਿੱਚ ਸ਼ੂਗਰ ਆ ਜਿਹੜੀ ਆ ਉਹ ਮੈਕਸੀਮਮ ਸ਼ੂਗਰ ਆ ਜਿਹੜੀ ਆਪਾਂ ਇਸ ਰੈਸਪੀ ਲਈ ਯੂਜ਼ ਕਰਦੇ ਹਾਂ ਪਰ ਜੇ ਤੁਸੀਂ ਘੱਟ ਮਿੱਠਾ ਪਸੰਦ ਕਰਦੇ ਹੋ ਤਾਂ ਤੁਸੀਂ ਥੋੜੀ ਘੱਟ ਲੈ ਸਕਦੇ ਹੋ ਅਸੀਂ ਵੀ ਥੋੜੀ ਘੱਟ ਲਿੱਤੀ ਆ ਹੁਣ ਆਪਾਂ ਉਹੀ ਜਿਹੜਾ ਬਾਊਲ ਆਪਾਂ ਯੂਜ਼ ਕੀਤਾ ਸੀ ਕਾਜੂਆਂ ਵਾਸਤੇ ਉਹਦਾ ਅੱਧਾ ਆਪਾਂ ਪਾਣੀ ਲਵਾਂਗੇ ਇਹਨੂੰ ਹਿਲਾਉਂਦੇ ਹੋਏ ਚਾਸ਼ਨੀ ਤਿਆਰ ਕਰਾਂਗੇ ਇਹ ਚਾਸ਼ਨੀ ਆਪਾਂ ਦੋ ਤਾਰ ਦੀ ਤਿਆਰ ਕਰਨੀ ਆ ਜਿਹੜੀ ਚਾਸ਼ਨੀ ਆ ਮੈਂ ਪੈਨ ਦੇ ਵਿੱਚ ਤਿਆਰ ਕਰਨ ਲੱਗੀ ਸੀਗੀ ਪਰ ਇਹਨੂੰ ਆਪਾਂ ਖੁੱਲੇ ਭਾਂਡੇ ਦੇ ਵਿੱਚ ਹੁਣ ਆਪਾਂ ਤਿਆਰ ਕਰਾਂਗੇ ਸੋ ਆਪਾਂ ਚਾਸ਼ਨੀ ਇਹਦੇ ਵਿੱਚ ਟ੍ਰਾਂਸਫਰ ਕਰ ਲਾਂਗੇ ਤੁਸੀਂ ਪ੍ਰੈਫਰ ਕਰਿਓ ਖੁੱਲੇ ਭਾਂਡੇ ਦੇ ਵਿੱਚ ਬਣਾਉਣ ਲਈ ਤਾਂ ਜੋ ਤੁਹਾਨੂੰ ਉਸ ਤੋਂ ਬਾਅਦ ਈਜ਼ੀ ਰਹੇ ਚਾਸ਼ਨੀ ਸਾਡੀ ਉਬਲਣਾ ਚਾਸ਼ਨੀ ਵਾਲਾ ਪਾਣੀ ਜਿਹੜਾ ਅਸੀਂ ਘਰੇ ਅਸੀਂ ਉਬਲਣਾ ਸਟਾਰਟ ਹੋ ਚੁੱਕਿਆ ਹੈ ਅਸੀਂ ਇਹਨੂੰ ਦੋ ਤਾਰ ਦੀ ਬਣਨ ਤੱਕ ਦੀ ਵੇਟ ਕਰਨੀ ਹੈ ਜਦ ਸਾਡੀ ਚਾਸ਼ਨੀ ਦੋ ਤਾਰ ਤਿਆਰ ਹੋ ਜਾਵੇ
चाशनी नूं बनदे वक्त हिलाउंदे रहना है, नहीं तां इहदे विच जिहड़ी है सड़न दी इक हमक भी आउण लग जांदी है, फिर बर्फी दे विच भी आउंदी है शाम दे वक्त। टेस्ट जिहड़ा है उहदे विच सड़न दा टेस्ट आउंदा है, जिद्दां जिहड़ी चीज़ आपां जदों कुक करदे हां जदों हेठां लग जांदी है उदां दा टेस्ट आउंदा है। चाशनी जिहड़ी है ਉਹ ਸਾਡੀ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਚੁੱਕੀ ਹੈ। ਤੁਸੀਂ ਦੇਖ ਸਕਦੇ ਹੋ ਇੱਦਾਂ ਡਰੋਪਟੀ ਨਹੀਂ ਚਾਹੀਦੀ ਹੈ, ਜਾਂ ਤੁਸੀਂ ਦੂਸਰੇ ਤਰੀਕੇ ਨਾਲ ਵੀ ਚੈੱਕ ਕਰ ਸਕਦੇ ਹੋ, ਦੋ ਤਾਰ ਦੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਜਿਹੜਾ ਆਪਾਂ ਆਪਣਾ ਕਾਜੂਆਂ ਦਾ ਪਾਊਡਰ ਸੀਗਾ ਉਹਦੇ ਵਿੱਚ ਆਪਾਂ ਇੱਕ ਚਮਚ ਮਿਲਕ ਪਾਊਡਰ ਐਡ ਕਰਾਂਗੇ। ਇਹ ਪੂਰੀ ਤਰ੍ਹਾਂ ਆਪਸ਼ਨਲ ਹੈ, ਜੇ ਤਾਂ ਅਸੀਂ ਜੇ ਤੁਹਾਡੇ ਕੋਲ ਨਹੀਂ ਅਵੇਲੇਬਲ ਹੈਗਾ ਤਾਂ ਤੁਸੀਂ ਚਾਹੇ ਨਾ ਕਰੋ, ਇਹਦੇ ਨਾਲ ਸਿਰਫ ਟੇਸਟ 'ਚ ਹਲਕਾ ਫਰਕ ਪੈਂਦਾ। ਚਾਸ਼ਨੀ ਬਣਨ ਤੋਂ ਬਾਅਦ ਗੈਸ ਨੂੰ ਅਸੀਂ ਬੰਦ ਕਰ ਦਿਆਂਗੇ। ਗੈਸ ਨੂੰ ਬੰਦ ਕਰਨ ਤੋਂ ਬਾਅਦ ਜਿਹੜਾ ਸਾਡਾ ਪਾਊਡਰ ਆ ਉਹ ਇਹਦੇ ਵਿੱਚ ਐਡ ਕਰ ਲਾਂਗੇ। ਪਾਊਡਰ ਐਡ ਕਰਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਹਿਲਾਓ ਤੇ ਚੰਗੀ ਤਰ੍ਹਾਂ ਇਹਨੂੰ ਜਿਹੜਾ ਆ ਇਹਦਾ ਆਪਾਂ ਪੇਸਟ ਜਿਹਾ ਬਣਾ ਲਵਾਂਗੇ। ਆਪਾਂ ਨੂੰ ਇੱਕ ਤੋਂ ਦੋ ਮਿੰਟ ਲੱਗਦੇ ਨੇ, ਪਰ ਇਹ ਚੰਗੀ ਤਰ੍ਹਾਂ ਜਿਹੜਾ ਆ ਜਿਹੜੀ ਇਹਦੀ ਡਰਾਈਨੈਸ ਹੁੰਦੀ ਆ ਇਹ ਸਾਰੀ ਮਤਲਬ ਹੋ ਜਾਂਦੀ ਆ, ਖਤਮ ਹੋ ਜਾਂਦੀ ਆ। ਥੋੜਾ ਹਾਰਡ ਹੁੰਦਾ ਆ ਪਰ ਕੀ ਆ ਜਦੋਂ ਜਿਹੜੇ ਕਾਜੂ ਆ ਉਹ ਜਦੋਂ ਘਿਓ ਜਿਹੜਾ ਆਪਣਾ ਰਿਲੀਜ਼ ਕਰ ਦੇਣਗੇ ਉਦੋਂ ਇਹਨੇ ਆਪਣੇ ਆਪ ਹੀ ਥੋੜਾ ਸੌਫਟ ਹੋ ਜਾਣਾ ਆ। ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਜਿਹੜਾ ਆ ਦੇਸੀ ਘਿਓ ਦਾ ਪਾਵਾਂਗੇ। ਦੇਸੀ ਘਿਓ ਦਾ ਮੈਂ ਪ੍ਰੈਫਰ ਕਰਦੀ ਹਾਂ ਤੇ ਮੈਂ ਤੁਹਾਨੂੰ ਵੀ ਐਡਵਾਈਸ ਦਊਂਗੀ ਕਿ ਦੇਸੀ ਘਿਓ ਦਾ ਹੀ ਪਾਇਓ ਤਾਂ ਜੋ ਇਹਦਾ ਟੇਸਟ ਬਹੁਤ ਵਧੀਆ ਆ ਸਕੇ। ਹਲਕਾ ਗੈਸ ਆਨ ਕਰਾਂਗੇ ਬਿਲਕੁਲ ਮੀਡੀਅਮ ਫਲੇਮ ਤੇ। ਤੁਸੀਂ ਵੇਖ ਸਕਦੇ ਹੋ ਜਿਹੜੇ ਕਾਜੂ ਆ ਉਹਨਾਂ ਨੇ ਆਪਣਾ ਘਿਓ ਛੱਡਤਾ ਆ ਤੇ ਆਪਣਾ ਜਿਹੜਾ ਪੇਸਟ ਸੀਗਾ ਜਿਹੜਾ ਆਪਣਾ ਇਹ ਤਿਆਰ ਹੋ ਰਿਹਾ ਸੀਗਾ ਇਹਦੇ ਵਿੱਚ ਖੁਦ ਤੋਂ ਖੁਦ ਮੋਇਸਚਰਾਈਜ਼ਰ ਆ ਗਿਆ। ਇਹਨੂੰ ਆਪਾਂ ਉਦੋਂ ਤੱਕ ਹਿਲਾਵਾਂਗੇ ਜਦੋਂ ਤੱਕ ਇਹ ਜਿਹੜਾ ਪੇਸਟ ਆ ਇਹ ਖੁਦ ਤੋਂ ਖੁਦ ਜਿਹੜੀ ਕੜਾਈ ਆ ਉਹਨੂੰ ਛੱਡ ਨਾ ਦੇਵੇ। ਆਲਮੋਸਟ ਤੁਸੀਂ ਵੇਖ ਸਕਦੇ ਹੋ ਜਿਹੜਾ ਪੇਸਟ ਆ ਉਹ ਸਾਡਾ ਤਿਆਰ ਹੋ ਹੀ ਚੁੱਕਿਆ ਆ, ਜਿਹੜੀ ਕੜਾਈ ਆ ਆਪਣੇ ਆਪ ਛੱਡਤੀ ਹੈ। ਹੁਣ ਜਿਹੜੀ ਗੈਸ ਦੀ ਫਲੇਮ ਆ ਉਹ ਆਪਾਂ ਬੰਦ ਕਰ ਦਿਆਂਗੇ। ਜਿਹੜਾ ਆਪਣਾ ਮਿਕਸਚਰ ਤਿਆਰ ਹੋਇਆ ਸੀਗਾ ਗੈਸ ਬੰਦ ਕਰਨ ਤੋਂ ਬਾਅਦ ਉਹਨੂੰ ਥੋੜਾ ਫੁਲਾ ਕੇ ਇਹਨੂੰ ਠੰਡਾ ਹੋਣ ਦਿਆਂਗੇ। ਇਹ 20-25 ਮਿੰਟ ਲਏਗਾ ਠੰਡੇ ਹੋਣ ਵਾਸਤੇ। 20-25 ਮਿੰਟ ਹੋ ਗਏ ਨੇ ਆਪਾਂ ਨੂੰ ਵੇਟ ਕਰਦੇ ਆ। ਇਹ ਪੂਰੀ ਤਰ੍ਹਾਂ ਆਪਾਂ ਠੰਡਾ ਨਹੀਂ ਕਰਨਾ, ਇਹਨੂੰ ਹਲਕਾ ਕੋਸਾ ਕੋਸਾ ਰਹਿਣ ਦੇਣਾ ਆ। ਹੁਣ ਇਹਨੂੰ ਆਪਾਂ ਕੜਾਈ ਦੇ ਵਿੱਚੋਂ ਕੱਢ ਕੇ ਇੱਕ ਪਲੇਟ ਦੇ ਵਿੱਚ ਰੱਖ ਲਵਾਂਗੇ। ਪਲੇਟ ਦੇ ਵਿੱਚ ਰੱਖ ਕੇ ਇਹਨੂੰ ਥੋੜਾ ਜਿਹਾ ਆਟੇ ਦੇ ਵਾਂਗੂ ਆਪਾਂ ਗੁੰਨਾਂਗੇ, ਜਿੱਦਾਂ ਆਪਾਂ ਆਟੇ ਨੂੰ ਮੁੱਕੀ ਦਈਦੀ ਆ ਉਸ ਤਰ੍ਹਾਂ ਇਹਨੂੰ ਥੋੜਾ ਬਰਾਬਰ ਕਰ ਲਵਾਂਗੇ। ਇਹ ਇੰਨਾ ਕੁ ਕੋਸਾ ਹੋਣਾ ਚਾਹੀਦਾ ਤਾਂ ਜੋ ਤੁਹਾਡੇ ਈਜ਼ੀਲੀ ਤੁਸੀਂ ਇਹਨੂੰ ਹੱਥ ਦੇ ਨਾਲ ਇਹਨੂੰ ਇੱਦਾਂ ਤੁਸੀਂ ਗੁੰਨ ਸਕੋ। ਹੁਣ ਇਹਦੇ ਦੋ ਹਿੱਸੇ ਕਰ ਲਾਂਗੇ ਆਪਾਂ। ਮੈਂ ਇਹ ਜਿਹੜਾ ਗ੍ਰੀਸ ਪ੍ਰੂਫ ਪੇਪਰ ਲਿਆ ਆ, ਜੇ ਤੁਹਾਡੇ ਕੋਲ ਅਵੇਲੇਬਲ ਨਹੀਂ ਹੈਗਾ ਤਾਂ ਤੁਸੀਂ ਜਿਹੜਾ ਸਟੀਲ ਦਾ ਥਾਲ ਹੁੰਦਾ ਆ ਉਹ ਲੈ ਲਓ, ਉਹਦੇ ਤੇ ਹਲਕਾ ਤੁਸੀਂ ਘਿਓ ਅਪਲਾਈ ਕਰ ਲਓ ਆਪਣੇ ਹੱਥਾਂ ਦੇ ਨਾਲ ਤਾਂ ਜੋ ਜਿਹੜਾ ਇਹ ਆਪਾਂ ਬਰਫੀਆਂ ਬਣਾਵਾਂਗੇ ਉਹ ਉਹਦੇ ਨਾਲ ਚਿਪਕ ਨਾ ਸਕਣ। ਹੁਣ ਆਪਾਂ ਇੱਦਾਂ ਇਹਦੇ ਉੱਤੇ ਇਹਨੂੰ ਰੱਖ ਲਾਂਗੇ। ਉਹਨਾਂ ਹੀ ਟੁਕੜਾ ਮੈਂ ਗ੍ਰੀਸ ਪੇਪਰ ਦਾ ਹੋਰ ਲਿਆ ਆ ਉਹਨੂੰ ਮੈਂ ਉਹਦੇ ਉੱਤੇ ਰੱਖ ਲਾਂਗੀ। ਹੁਣ ਤੁਸੀਂ ਬੇਲਣਾ ਲੈ ਕੇ ਇਹਨੂੰ ਹਲਕੇ ਹੱਥ ਨਾਲ ਬੇਲ ਲਓ। ਤੁਸੀਂ ਇਹਨੂੰ ਸਾਰੇ ਪਾਸੋਂ ਚੰਗੀ ਤਰ੍ਹਾਂ ਵੇਲ ਲੈਣਾ ਆ। ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿਤੇ ਮੋਟਾ ਪਤਲਾ ਨਹੀਂ ਰਹਿਣਾ ਚਾਹੀਦਾ, ਸਾਰੇ ਪਾਸੋਂ ਬਰਾਬਰ ਹੋਵੇ ਤਾਂ ਜੋ ਜਿਹੜੀਆਂ ਸਾਡੀਆਂ ਬਰਫੀ ਦੀਆਂ ਕਿਊਬਸ ਨੇ ਉਹ ਬਰਾਬਰ ਦੀਆਂ ਹੀ ਹੋਣ।
बाकी दियां जिहड़ियां बर्फियां हुंदियां ने ओह थोड़ियां शेप दे विच ओह जिहड़ियां थिक हुंदियां ने थोड़ियां, पर जिहड़ी काजू कतली हुंदी है तुसीं वेखोगे ऑलवेज थोड़ी पतली हुंदी है। सो आपां इहनूं इस तरीके नाल थोड़ी पतली कर लांगे। बाकी तुहाडे स्वाद अनुसार है, तुसीं जिद्दां दी खाणी पसंद करदे हो तुसीं उस तरह की कर सकते हो। ਇਹ ਪੇਪਰ ਯੂਜ ਕਰਨ ਦਾ ਇਹੀ ਮਕਸਦ ਸੀਗਾ ਕਿ ਗ੍ਰੀਸ ਪ੍ਰੂਫ ਹੁੰਦਾ ਹੈ, ਇਹਦੇ ਨਾਲ ਚੀਜ਼ ਜਿਹੜੀ ਆ ਚਿਪਕਦੀ ਨਹੀਂ ਹੈਗੀ। ਇਹਦੀ ਜਿਹੜੀ ਮੈਂ ਇੱਕ ਤਰ੍ਹਾਂ ਦੀ ਰੋਟੀ ਵੇਲ ਕੇ ਤਿਆਰ ਕਰਦੀ ਹਾਂ, ਤੁਸੀਂ ਵੇਖ ਸਕਦੇ ਹੋ ਇੰਨੀ ਕੁ ਥਿੱਕ ਮੈਂ ਰੱਖੀ ਹੈ, ਤੁਸੀਂ ਮੋਟੀ ਜਾਂ ਪਤਲੀ ਰੱਖ ਸਕਦੇ ਹੋ ਆਪਣੇ ਟੇਸਟ ਅਨੁਸਾਰ। ਹੁਣ ਇਹਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ। ਇਸੇ ਤਰੀਕੇ ਦੇ ਨਾਲ ਆਪਾਂ ਜਿਹੜਾ ਹਿੱਸਾ ਇਹਦਾ ਰੱਖਿਆ ਸੀਗਾ ਉਹਨੂੰ ਵੀ ਆਪਾਂ ਮੁੱਕੀ ਦੇ ਕੇ ਆਟੇ ਦੇ ਵਾਂਗੂ ਗੋਲ ਕਰਨ ਤੋਂ ਬਾਅਦ ਵੇਲ ਲਵਾਂਗੇ। ਜੇ ਤੁਸੀਂ ਗ੍ਰੀਸ ਪੇਪਰ ਨਹੀਂ ਯੂਜ ਕਰਦੇ, ਜੇ ਤੁਸੀਂ ਆਪਣੇ ਥਾਲ ਦੇ ਵਿੱਚ ਰੱਖ ਕੇ ਇਹਨੂੰ ਕਰਦੇ ਹੋ ਤਾਂ ਤੁਸੀਂ ਏਦਾਂ ਉਂਗਲਾਂ ਦੇ ਨਾਲ ਥੱਪ ਕੇ ਤੇ ਜਾਂ ਫਿਰ ਥਾਲ ਦੇ ਉੱਤੇ ਕੋਈ ਪਲੇਨ ਭਾਂਡਾ ਰੱਖ ਕੇ ਇਹਨੂੰ ਦੱਬ ਕੇ ਪਤਲਾ ਕਰ ਸਕਦੇ ਹੋ। ਮੈਂ ਥੋੜੀ ਬਰਫੀ ਪਤਲੀ ਬਣਾਵਾਂਗੀ, ਥੋੜੀ ਬਰਫੀ ਮੈਂ ਥੋੜੀ ਥਿੱਕ ਬਣਾਵਾਂਗੀ। ਤੁਸੀਂ ਆਪਣੀ ਸਵਾਦ ਅਨੁਸਾਰ ਆਪਣੀ ਮਰਜ਼ੀ ਅਨੁਸਾਰ ਇਹਦੇ ਪੀਸਿਸ ਜਿਹੜੇ ਕਰ ਸਕਦੇ ਹੋ। ਵੇਲਦੇ ਹੋਏ ਬਸ ਇਸੇ ਗੱਲ ਦਾ ਧਿਆਨ ਰੱਖਣਾ ਕਿ ਤੁਸੀਂ ਸਾਰੇ ਪਾਸੇ ਇਕੁਅਲੀ ਵੇਲੋ, ਕਿਤੇ ਮੋਟਾ ਪਤਲਾ ਨਾ ਰਹੇ। ਸੋ ਇਹ ਜਿਹੜਾ ਮੈਂ ਹਿੱਸਾ ਸੀ ਇਹ ਮੈਂ ਥੋੜਾ ਮੋਟਾ ਰੱਖਿਆ ਹੈ। ਥੋੜਾ ਅਗਲਾ ਸਟੈਪ ਆਉਂਦਾ ਆ ਇਹਦੇ ਪੀਸਿਸ ਕੱਟਣ ਦਾ। ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੀ ਕਾਜੂ ਕਟਲੀ ਆ, ਕਾਜੂ ਦੀ ਜਿਹੜੀ ਬਰਫੀ ਆ, ਇਹ ਡਾਇਮੰਡ ਸ਼ੇਪ ਦੇ ਵਿੱਚ ਮਿਲਦੀ ਆ ਬਾਜ਼ਾਰਾਂ ਦੇ ਵਿੱਚ। ਸੋ ਆਪਾਂ ਡਾਇਮੰਡ ਸ਼ੇਪ ਦੇ ਵਿੱਚ ਹੀ ਕੱਟਾਂਗੇ। ਇਸੇ ਤਰ੍ਹਾਂ ਆਪਾਂ ਆਪਣੀ ਜਿਹੜਾ ਦੂਸਰੀ ਪਲੇਟ ਸੀ ਇਹਨੂੰ ਵੀ ਕੱਟ ਲਵਾਂਗੇ। ਹੁਣ ਜਿਹੜੇ ਪੀਸ ਸਾਡੇ ਪ੍ਰੋਪਰ ਸ਼ੇਪ ਦੇ ਵਿੱਚ ਨੇ, ਜਿੱਦਾਂ ਕਿ ਆਹ ਸੈਂਟਰ ਵਾਲੇ ਪੀਸਿਸ, ਇਹਨਾਂ ਨੂੰ ਆਪਾਂ ਕੱਢ ਲਵਾਂਗੇ। ਇਸ ਤਰੀਕੇ ਨਾਲ ਆਪਾਂ ਉਧਰੋਂ ਵੀ ਇਹ ਸੇਮ ਪੀਸ ਕੱਢ ਲਵਾਂਗੇ। ਜੇ ਤੁਹਾਨੂੰ ਐਗਜ਼ੈਕਟ ਸ਼ੇਪ ਚਾਹੀਦੀ ਆ ਤਾਂ ਤੁਸੀਂ ਜਿਹੜੇ ਬਾਕੀ ਦੇ ਬਚਦੇ ਪੀਸ ਆ ਇਹਨਾਂ ਨੂੰ ਦੁਬਾਰਾ ਮੁੱਕੀ ਦੋ, ਰੋਲ ਆਨ ਕਰਕੇ ਸੇਮ ਤਰੀਕੇ ਦੇ ਨਾਲ ਕੱਟ ਸਕਦੇ। ਜੇ ਤੁਸੀਂ ਜੇ ਤੁਹਾਨੂੰ ਪੀਸਿਸ ਦਾ ਕੋਈ ਮਾਈਂਡ ਨਹੀਂ ਹੈਗਾ ਤਾਂ ਤੁਸੀਂ ਇਸ ਤਰੀਕੇ ਨਾਲ ਵੀ ਖਾ ਸਕਦੇ ਹੋ, ਟੇਸਟ ਸੇਮ ਹੀ ਰਹੇਗਾ। ਤੇ ਹੁਣ ਆਪਾਂ ਇਹਨਾਂ ਨੂੰ ਫਰਿੱਜ ਦੇ ਵਿੱਚ ਠੰਡਾ ਹੋਣ ਲਈ ਲਾ ਦੇਵਾਂਗੇ। ਜਿਹੜੀ ਕਾਜੂ ਦੀ ਬਰਫੀ ਆ, ਕਾਜੂ ਕਟਲੀ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਬਣ ਕੇ ਪੂਰੀ ਤਰ੍ਹਾਂ ਤਿਆਰ ਆ। ਤੁਸੀਂ ਵੇਖ ਸਕਦੇ ਹੋ ਇਕਦਮ ਹਲਵਾਈਆਂ ਦੇ ਸਟਾਈਲ ਨਾਲ ਮੈਂ ਕਾਜੂ ਕਟਲੀ ਘਰ ਦੇ ਵਿੱਚ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਤਿਆਰ ਕੀਤੀ ਹੈ। ਇਹਨੂੰ ਹੋਰ ਵੀ ਵਧੀਆ ਲੁੱਕ ਦੇਣ ਦੇ ਲਈ ਤੁਸੀਂ ਬਾਜ਼ਾਰ ਤੋਂ ਜਿਹੜਾ ਚਾਂਦੀ ਦਾ ਵਰਕ ਹੁੰਦਾ ਆ ਉਹ ਲਿਆ ਸਕਦੇ ਹੋ, ਉਹ ਇਹਦੇ ਉੱਤੇ ਅਪਲਾਈ ਕਰ ਸਕਦੇ ਹੋ। 3 ਤੋਂ 4 ਸ਼ੀਟਸ ਉਹਦੀਆਂ ਲੱਗਦੀਆਂ ਨੇ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਤਾਂ ਜੋ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਹੋਰ ਵੀ ਵਧੀਆ ਅਤੇ ਡਿਲੀਸ਼ੀਅਸ ਫੂਡ ਵੀਡੀਓਜ਼ ਅਤੇ ਜਿਹੜੀਆਂ ਈਜ਼ੀ ਵੇ ਨਾਲ ਕੁੱਕ ਹੁੰਦੀਆਂ ਨੇ ਉਹ ਤੁਹਾਨੂੰ ਵੇਖਣ ਨੂੰ ਮਿਲ ਸਕਣ। ਥੈਂਕਸ ਫੋਰ ਵਾਚਿੰਗ।